ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਲਓ ਜੀ ਬਾਈ, ਸਾਜਰੇ ਦਾ ਟਾਈਮ ਆ, ਗਰੀਸ ਪਾਣੀ ਕਰਕੇ ਮਸ਼ੀਨਾਂ ਨੂੰ ਐਨ ਓਕੇ ਚੱਲੇ ਹਾਂ, ਹੁਣ ਰੈਡੀ ਆ। ਗਰੀਸ ਪਾਣੀ ਤਾਂ ਰਾਤੇ ਕਰਤਾ ਤਾ, ਬਾਕੀ ਤਾਂ ਥੋੜ੍ਹਾ ਯੂਰੀਆ ਅੱਜ ਪਾਇਆ ਜਿਹਦੇ ਵਿੱਚ 20 ਲੀਟਰ ਦੀ ਬਾਲਟੀ ਪਾਈ ਆ ਰਾਤ। ਕੱਲ੍ਹ ਦੇਖ ਪਤਾ ਹੀ ਨਹੀਂ ਤਾਂ ਲੱਗਿਆ ਬਾਈ ਯੂਰੀਏ ਦਾ ਵੀ ਸਿਆਪਾ ਹੀ ਆ ਨਾ। ਬਾਕੀ ਕੰਬਾਈਨ ਵਾਲੇ ਬਾਈਆਂ ਨੂੰ ਇੱਕ ਬੇਨਤੀ ਆ, ਜਿਨ੍ਹਾਂ ਨੇ BS4 ਇੰਜਣ ਲਏ ਆ ਨਾ, ਚਲੋ ਬਾਈ ਆਪਾਂ ਤਾਂ ਉਹਨਾਂ ਦੇ ਵੀ ਗੱਲਬਾਤ ਆਪਣੀ ਨਹੀਂ ਲੈਣਾ, ਸਿੱਧੀ ਹੋ ਜਾਂਦੀ ਆ। ਆਪਾਂ ਨੂੰ ਦੱਸ ਵੀ ਵਿਚਾਰੇ ਦਿੰਦੇ ਆ ਵੀ ਜਿਵੇਂ ਆਪਣੇ ਯੂਰੀਏ ਤੇ 82% ਹੁੰਦੇ ਆ ਨਾ ਨਵੀਂ ਕੰਬਾਈਨ ਲੈਂਦੇ ਆ, 20% ਤੇ ਆ ਕੇ ਜਿਹੜਾ ਯੂਰੀਆ ਖਤਮ ਨਹੀਂ ਹੁੰਦਾ ਹੈਗਾ। ਉਹ ਖਤਮ ਹੋਣ ਦਾ ਕਾਰਨ ਇਹ ਹੈ ਵੀ 20% ਤੇ ਕਾਹਤੇ ਕਹਿੰਦੀ ਆ ਕੰਪਨੀ, 20% ਜਾਂ ਪੁਆਇੰਟ ਆ ਗਏ ਤਾਂ ਕਾਹਤੇ ਪਾਓ। 20% ਆਉਣਗੇ ਬਾਈ ਇਹ ਟੈਂਕੀ ਦੇ ਵਿੱਚ ਤਾਂ ਪੂਰੀ ਬਾਲਟੀ ਪੈ ਜਾਂਦੀ ਆ, ਵੀ ਮੰਨ ਲਓ ਦੇਖਣ ਦੀ ਵੀ ਮੁੜ ਕੇ ਲੋੜ ਨਹੀਂ, ਪੂਰੀ ਬਾਲਟੀ ਇੱਕ 20 ਲੀਟਰ ਦੀ ਪੂਰੀ ਪੈ ਜਾਂਦੀ ਆ ਫਿਰ ਆਪਣੇ, ਜੇ ਆਪਾਂ 82% ਆਪਾਂ 20% ਤੇ ਪਾਉਂਦੇ ਹਾਂ। ਬਾਕੀ ਦਾ ਜਿਹੜਾ ਅਲਾਰਮ ਆ ਇਹਦਾ ਲੇਲੈਂਡ ਦਾ ਆਪਣੇ ਇੰਜਣ ਦਾ BS4 ਦਾ, ਇਹ ਆਉਂਦਾ 10 'ਤੇ ਯੂਰੀਏ ਦਾ, 10 ਪੁਆਇੰਟ ਰਹਿ ਗਿਆ ਜਦ ਆਪਣਾ, ਫਿਰ ਆਪਣਾ ਸਮਝ ਲਓ ਅਲਾਰਮ ਆ ਜਾਣਾ ਵੀ ਤੁਹਾਡਾ ਯੂਰੀਆ ਡੈੱਡ ਹੋ ਗਿਆ, ਖਤਮ ਹੋ ਗਿਆ, ਇਹਨੂੰ ਪਾਓ। ਪਰ ਅਲਾਰਮ ਵੱਧ ਤੋਂ ਵੱਧ ਖਿਆਲ ਇਹ ਰੱਖਣਾ ਵੀ ਅਲਾਰਮ ਆਵੇ ਨਾ, ਮਹਾਰਾਜ ਕਹੇ ਤਾਂ ਅਲਾਰਮ ਆਵੇ ਨਾ, ਵੱਧ ਤੋਂ ਵੱਧ ਇਹੀ ਧਿਆਨ ਰੱਖਣਾ ਬਾਈ। ਜੇ ਅਲਾਰਮ ਆ ਗਿਆ ਤਾਂ ਕਹਿੰਦੇ ਚਲੋ ਸੁਣੀਏ ਆਪਾਂ ਤਾਂ ਜੇ ਦੇਖਿਆ ਨਹੀਂ ਹੈ ਨਾ, ਦਿੱਕਤ ਆ ਜਾਂਦੀ ਹੈ ਫਿਰ ਵੀ ਕਹਿੰਦੇ ਇੰਜਣ ਮੋਸ਼ਨ ਨਹੀਂ ਫੜਦਾ। ਬਾਕੀ ਨੰਬਰ 2 ਡੀਜ਼ਲ, ਡੀਜ਼ਲ ਹਵਾ ਨਾਲ ਆਵੇ ਇੰਜਣ, ਜਿਵੇਂ ਆਪਾਂ ਕਈ ਵਾਰੀ ਹੈ ਨਾ ਭੁੱਲ ਜਾਂਦੇ ਹਾਂ, ਪਤਾ ਨਹੀਂ ਲੱਗਦਾ, ਜਾਂ ਕੋਈ ਕਚਰਾ ਆ ਗਿਆ, ਉਹਦੇ ਨਾਲ ਬਹੁਤ ਸਮੱਸਿਆ ਇਹਦੇ ਵਿੱਚ। ਬਾਕੀ ਆਪਾਂ ਥੋੜ੍ਹੀ ਜਿਹੀ ਵੀਡੀਓ ਇੱਕ ਸਪੈਸ਼ਲ ਕਰਾਂਗੇ ਇਹਦੇ ਵਾਸਤੇ ਵੀ, ਯੂਰੀਆ ਵਾਸਤੇ ਵੀ ਕੀ ਕੀ ਇਹਦੇ ਆ ਜਿਹੜੇ ਆਪਣੇ BS4 ਇੰਜਣ ਦੀਆਂ ਸਾਵਧਾਨੀਆਂ, ਕਿਵੇਂ ਇਹਨੂੰ ਵਧੀਆ ਉਹਦੇ ਤਰੀਕੇ ਆਪਾਂ ਕਰ ਸਕਦੇ ਹਾਂ ਨਾ, ਸੈਟਿੰਗ ਇਹਦੀ। ਬਾਕੀ ਆਪਾਂ ਦੱਸਦੇ ਰਹਾਂਗੇ ਵੀਡੀਓ ਦੇ ਵਿੱਚ। ਚਲੋ ਲਈਏ ਫਿਰ ਹੁਣ ਰੱਬ ਦਾ ਨਾਂ, ਸਾਜਰੇ ਸਾਜਰੇ, ਤੁਹਾਨੂੰ ਗੁਰੂ ਨਾਨਕ ਜੀ ਦਾ ਨਾਂ ਲੈ ਕੇ ਚੱਲੀਏ। ਬਾਕੀ ਸਾਰਿਆਂ ਵਾਸਤੇ ਤਾਂ ਅਰਦਾਸ ਆਪਣੀ ਹੈ ਨਾ ਵੀ ਜਿਨ੍ਹਾਂ ਦੇ ਮੇਰੇ ਵੀਰ ਕੰਬਾਈਨਾਂ ਵਾਲੇ ਵੀਰਾਂ 'ਤੇ ਮਿਹਰ ਭਰਿਆ ਹੱਥ ਰੱਖੀ ਰੱਬਾ, ਕੋਈ ਮੇਰਾ ਵੀਰ ਦੁਖੀ ਹੋ ਕੇ ਨਾ ਕਹੇ ਯਾਰ ਮੇਰਾ ਸੀਜ਼ਨ ਡੁੱਬ ਗਿਆ ਨਾ, ਬਹੁਤ ਹੁੰਦੀ ਹੈ ਗੱਲ, ਲੇਕਿਨ ਦਿਲ ਬਹੁਤ ਖਰਾਬ ਹੁੰਦਾ ਯਾਰ, ਇੱਕ ਨਾ ਪਤਾ ਲੱਗਦਾ ਨਾ ਵੀ ਫਲਾਣੀ ਮਸ਼ੀਨ 'ਤੇ। ਬਾਕੀ ਮਾਲਕ ਰੱਖੇ ਕਿਰਪਾ ਸਾਰਿਆਂ 'ਤੇ, ਚਲੋ ਕਰਦੇ ਹਾਂ ਸਟਾਰਟ ਨਾਲ, ਤੁਹਾਨੂੰ ਦਿਖਾਉਂਦੇ ਹਾਂ ਯੂਰੀਏ ਦੀ ਬਾਲਟੀ ਪਾਈ ਆ 20 ਲੀਟਰ ਦੀ, 14% ਤੇ ਤਾਂ ਵੀ ਕਿੰਨੇ ਪਰਸੈਂਟ ਹੋਇਆ ਟੈਂਕੀ 'ਚ। ਗੱਡੀ ਕਰਤੀ ਸਟਾਰਟ, ਹੁਣ ਆਪਣਾ ਜਿਹੜਾ ਮੇਨ ਪੁਆਇੰਟ ਆ ਨਾ ਬਾਈ, 15 ਮਿੰਟ ਜ਼ਰੂਰ ਸਟਾਰਟ ਰੱਖਣਾ ਆਪਾਂ ਨੇ ਇਹ। ਹੁਣ ਆਪਾਂ ਦੇਖਦੇ ਹਾਂ ਯੂਰੀਆ ਵੀ ਕਿੰਨੇ ਪਰਸੈਂਟ ਹੋਇਆ ਆਪਣੇ ਮੀਟਰ ਦੇ ਵਿੱਚ, AW 100% ਹੋ ਗਿਆ ਜੀ, ਟੈਂਕੀ ਫੁੱਲ ਹੋ ਗਈ, AW ਲੈਵਲ ਟੈਂਕੀ ਫੁੱਲ ਹੋ ਗਈ, ਯਾਨੀ ਆਪਾਂ ਲੈ ਕੇ ਆਏ ਤਾਂ 82-83 ਕਿ ਤਾਂ ਹੁਣ ਆਪਣਾ 100% ਯੂਰੀਆ ਹੋ ਗਿਆ। ਇਹ ਵੀ ਕੱਢਾਂਗੇ ਕੱਲ੍ਹ ਦੀ ਜਿਹੜੀ ਦਿਹਾੜੀ ਆ ਨਾ, ਕੱਲ੍ਹ ਟੈਂਕੀ ਡੀਜ਼ਲ ਦੀ ਫੁੱਲ ਕਰੀ ਤੀ, ਅੱਜ ਲੱਗ ਜੂਗਾ ਪਤਾ ਵੀ ਇੱਕ ਦਿਹਾੜੀ 'ਚ ਕਿੰਨਾ ਖਾਂਦਾ। ਬਾਕੀ ਇਹ ਟੈਂਪਰੇਚਰ ਜਾਂ ਲੋਡ ਦੇ ਹਿਸਾਬ ਹੈ, ਜਿਵੇਂ ਮੰਨ ਲਓ ਇੰਜਣ ਨੇ ਲੋਡ 'ਚ ਚੱਲਣਾ ਹੈ ਉਨਾ ਜ਼ਿਆਦਾ ਖਾਂਦਾ, ਜਿੰਨਾ ਇੰਜਣ ਸਖਾਲਾ ਚੱਲੂਗਾ ਉਨਾ ਘੱਟ ਖਾਂਦਾ। ਇਹ ਚੀਜ਼ਾਂ ਅਸੀਂ ਕੱਲ੍ਹ ਗਿੱਲੇ 'ਚ ਵੱਢਿਆ, ਹੁਣ ਮੀਂਹ ਕਰਕੇ ਨਾ ਜੀ 35% ਦਾ ਤੁਸੀਂ ਹਿਸਾਬ ਲਾ ਲਓ, 20% 21% ਯੂਰੀਆ ਖਾ ਗਿਆ, ਉੱਦਣ ਦਿਹਾੜੀ ਲਾਈ ਉੱਦਣ ਖਾਧਾ ਸਾਰਾ 8 ਕਿੱਲੇ, ਉੱਦਣ 9 ਕਿੱਲੇ ਵੱਢੇ, ਕੱਲ੍ਹ ਕਿੱਲਾ ਵੀ ਘੱਟ ਵੱਢਿਆ, ਵੀ ਜਾਣੀ ਲੋਡ ਦੇ ਹਿਸਾਬ ਗੱਲ ਜਿਹੜਾ ਯੂਰੀਆ ਨਾ ਉਹੀ ਖਾਂਦਾ। ਬਾਕੀ ਇੱਕ ਹੋਰ ਆ ਬਾਈ ਗੱਲ, ਇਹ ਜਿਹੜਾ AW ਪਾਉਣਾ ਨਾ ਆਪਾਂ ਇਹਦੇ ਵਿੱਚ BS4 ਇੰਜਣ ਦੇ ਵਿੱਚ, ਮੰਨ ਲਓ ਆਪਣੇ ਪੰਜਾਬੀ 'ਚ ਆਪਾਂ ਯੂਰੀਆ ਕਹਿ ਦਿੰਦੇ, ਯੂਰੀਆ ਪਾਉਣਾ ਜਿਹੜਾ 20 ਲੀਟਰ ਦੀ ਬਾਲਟੀ ਗਲਫ ਦਾ ਪਾਉਣਾ ਬਾਈ ਕੰਬਾਈਨਾਂ ਵਾਲੇ ਵੀਰਾਂ ਨੇ। ਬਾਕੀ ਹੋਰ ਕੰਪਨੀਆਂ ਬਹੁਤ ਤੁਰੀਆਂ ਫਿਰਦੀਆਂ ਨਾ, ਅਸੀਂ ਵੀ ਬਹੁਤ ਜਗ੍ਹਾ ਪਤਾ ਕਰਕੇ ਬਾਈ ਗਲਫ ਦਾ ਹੀ ਲੈ ਕੇ ਆਏ ਆ, ਸਾਰੀ ਰੇਟ ਵੀ ਤੁਹਾਨੂੰ ਦੱਸਾਂਗੇ। 20 ਲੀਟਰ ਦੀ ਬਾਲਟੀ ਦਾ ਇਹ ਪਿਆ ਆਪਾਂ ਨੂੰ 1800 ਦਾ, 1850 ਦਾ। ਬਾਕੀ ਕੰਬਾਈਨ ਵਾਲੇ ਤਾਂ ਬਾਈ ਪਏ ਤਾਂ ਨਜਾਇਜ਼ ਖਰਚੇ ਹੀ ਆਏ ਨਾ, ਹੁਣ ਅਗਲੇ ਨੇ ਵਾਢੀ ਥੋੜ੍ਹੀ ਵੱਧ ਦੇਣੀ ਆ, ਅਗਲਾ ਹੁਣ ਆਪਾਂ ਦੂਈ ਮਸ਼ੀਨ ਆ ਉਹਨੇ ਡੀਜ਼ਲ ਪਰ ਚੱਲਣਾ, ਇਹਦੇ ਨਾਲ ਯੂਰੀਏ ਪਰ ਵੀ ਚੱਲਣਾ। ਅਗਲਾ ਕਹਿੰਦਾ ਸੀ ਕਹਿੰਦਾ ਬਾਈ ਯੂਰੀਆ ਲਵਾਇਆ ਹੈ ਨਾ ਟਕਾਉਂ, ਵੀ ਜ਼ਿਮੀਂਦਾਰ ਨੇ ਤਾਂ ਪੈਸੇ ਦੇਣੇ ਨਹੀਂ, ਇਹਦਾ ਕੰਬਾਈਨ ਮਾਲਕ ਦੀ ਵਾਧੂ ਖਰਚਾ ਪੈ ਰਿਹਾ। ਚਲੋ ਬਾਕੀ ਚੱਲਣਾ ਪੈਂਦਾ ਜੇਕਣਾ ਚੱਲਦਾ ਸੰਸਾਰ, ਬਾਕੀ ਨਹੀਂ ਆਏ ਥੋੜ੍ਹਾ ਜਿਹਾ ਹੈ ਪੰਗਾ ਹੀ ਆ, ਯਾਨੀ ਅੱਗੇ ਡੀਜ਼ਲ 'ਤੇ ਚੱਲੀ ਜਾਂਦੀ ਇਹਦੀਆਂ, ਉਹਨਾਂ ਵਾਲਾ ਇਹ ਵੀ ਪੰਗਾ ਹੋ ਗਿਆ, ਦੇਖਣ ਦਾ ਪੰਗਾ ਹੋ ਗਿਆ, ਸਭ ਤੋਂ ਜ਼ਿਆਦਾ ਚਲਾਉਣੇ ਵਾਲੇ ਤੋਂ ਪਰੇਸ਼ਾਨੀ ਹੋ ਗਈ, ਯੂਰੀਆ ਮੁੱਕ ਗਿਆ ਤਾਂ ਹੁਣ ਰੌਲਾ ਪਈ ਜਾਇਆ, ਕਹਿੰਦਾ ਵੀ ਇਹਨੇ ਯੂਰੀਆ ਨਹੀਂ ਦੇਖਿਆ। ਚਲੋ ਚੱਲਦੇ ਹਾਂ ਜੀ ਫਿਰ, ਹੁਣ ਲਓ ਜੀ ਕਰਤੀ ਚਾਲੂ, ਮਨਿੰਦਰ ਵੀਰ ਜੀ ਲੱਗੇ ਹੋਏ ਆ, ਦੂਜੀ ਰਾਜੂ ਦੇ ਭਜਨ ਬਾਈ ਲੈ ਕੇ ਗਏ ਹੋਏ ਆ, ਉਹ ਵੀ ਕਰਤੀ ਚਾਲੂ ਦੂਸਰੀ ਵੀ, ਅਤੇ ਆਹ ਵੀ ਚਲਾਤੀ ਆ, ਲਾਤਾ ਇੱਕ ਗੇੜਾ,
एक टैंकर भी कढ़ता वैसे तुम दिखाने झोना सफाई देखो झोने पूरी सफाई है बिल्कुल साफ झोना ना कणकी ना चौल कुछ नहीं बिल्कुल साफ कट रही है बाकी देखो इधर सफाई देखो कोई पल नहीं कोई दाना नहीं है बिल्कुल साफ लो जी बिल्कुल नहीं है दाना थले देखो कुछ नहीं है देखो बाकी इधर कल बढ़ के गए ही बराबर इतने और बराबर ही अच्छे चालू कर दी आगे हाँ ये तो बाद बदनी आओ थले कत्ती तो बाद फिर आओ खड़ा महिंद्रा ये अंकल का कल बढ़िया ही उधर उन्होंने थले वाली कत्ती आओ तो चली गई लंबी उधर वो दरख्तों तक तो बढ़नी है कि एस 450 डी आई लाया हुआ बंदे ने बूफर वाफर पूरे बाकी गल जो झोने सफाई बहुत वधिया दे रही है मशीन पूरा साफ झोना है चमकती है ना ढेरी सोने वांगू पूरा साफ झोना मशीन कढ़दी है वधिया चलदी है पूरी टॉप ना बल छिदाना कोई साफ बिलकुल ना थले दाना फकरा तो होंगे तुम पता कद्दू तमें आनी आने थले फक का फक था मंडी जाके वह भी पखा ला देंगे वह भी कढ़ देंगे फक दूध भार दाना तक भी कढ़ देंगे ने पखे की हवा ने फक तो मारनी है चक के चलो ठीक है जी दिखाने अगे थोनू चूचा टैंकर कढ़ता गा वधिया निकलता गा दो ही गेड़े लाए अजे दो गेड़े एक हो गए अद्धी ट्रली हो चली है झोने सारे वधिया निकलते हैं भारे है झोने वधिया मेरे जा रही है झोने पहली बार वीर ना कराने गल और फिर की हाल है कि बड़ा ही लगी वधिया बढ़िया मशीन ने वधिया चलती है कोई दिक्कत तो नहीं नुकसान तो नहीं दाना दूना बल बुल चलो और भाजी वधिया चली मशीन दाना चौल चूल तो नहीं तोड़ दी चलो लो जी इधर वड़ता नहीं था भाजी उन्हें उधर दूजे खते चालू करती है तो इन्हें कल बढ़िया ही इन्होंने भाजी चालू करती है चलती है राणी और भी की हाल ने वधिया किवें चलती है मशीन
ਕਿਵੇਂ ਚੱਲਦੀ ਆ? ਵਧੀਆ ਚੱਲਦੀ ਆ, ਦੇਖ ਲੈ ਕੋਈ ਨੁਕਸਾਨ ਤਾਂ ਨਹੀਂ ਦਾਣਾ ਦੂਣਾ? ਹੈਂ, ਦੱਸ ਦੇਈਂ ਕੋਈ ਦਿੱਕਤ ਹੋਊਗੀ? ਠੀਕ ਆ, ਚੱਲੀ ਜਾਂਦੀ ਆ ਰਾਣੀ ਸੁੰਦਰਾਂ। ਲਓ ਜੀ, ਹੁਣ ਦਿਖਾਉਂਦੇ ਹਾਂ ਇੱਧਰ ਚੱਲਦੀ ਆ ਵੱਡੀ ਕੰਬਾਈਨ ਮਸ਼ੀਨ, ਅਤੇ ਇੱਧਰਲੀ ਸਾਈਡ ਦੇਖੋ ਕਿੰਨੀਆਂ ਮਸ਼ੀਨਾਂ ਚੱਲਦੀਆਂ ਨੇ ਹੱਥਾਂ ਵਾਲੀਆਂ। ਇੱਧਰ ਛੋਟੀਆਂ ਮਸ਼ੀਨਾਂ ਚੱਲਦੀਆਂ ਨੇ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਮਸ਼ੀਨਾਂ ਚੱਲਦੀਆਂ ਨੇ ਛੋਟੀਆਂ। ਲਓ ਜੀ, ਲੱਗੇ ਹੱਥਾਂ ਵੱਢਣ। ਬਸ ਉੱਥੇ ਆ ਇਹ ਛੋਟੀਆਂ ਮਸ਼ੀਨਾਂ ਨੇ, ਛੋਟੀਆਂ ਇਹ ਸਾਰਿਆਂ ਨੂੰ ਵਧੀਆ ਨੇ। ਪਤਾ ਹੌਲੀ 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 ਹੈ ਰਾਣੀ ਆਹ ਚੱਲਦੀ ਹੈ ਇੱਧਰ ਰਾਣੀ ਪੰਦਰਾਂ। ਇਹ ਵੀ ਆਪਦੀ ਚਾਲ ਹੌਲੀ 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 ਵੱਡੀ ਜਾਂਦੇ ਆ। ਇਹ ਤਾਂ ਮਿਹਨਤੀ ਯਾਰ, ਇਹਨੇ ਕਰ ਧੁੱਪ 'ਚ ਦੇਖ ਲਾ ਲੱਗੇ ਆ। ਵੱਢ ਗਿਆ ਹੁਣ ਇਹਨੂੰ, ਕਈ ਦਿਨ ਪਹਿਲਾਂ ਹੁਣ ਇਹਨੂੰ ਧੁੱਪ ਲੱਗਣ ਦੇਣਗੇ, ਹਵਾ ਇੱਦਾਂ ਹੀ ਪਈ ਰਹਿਣੀ ਆ ਖੁੱਲ੍ਹੀ ਇਹ, ਫਿਰ ਇਹਨੂੰ ਇਕੱਠੀ ਕਰਕੇ ਅਤੇ ਫਿਰ ਝਾੜਨਗੇ ਹੁੰਦੇ। ਫਿਰ ਜਿਨ੍ਹਾਂ ਨੇ ਫਾਂਟ ਲਾ ਦਿੱਤੀ ਸਿਰੇ, ਉਹ ਦੁਬਾਰਾ ਚੱਲੇ ਉੱਧਰੋਂ ਰੱਖਣਗੇ ਫਾਂਟ, ਹੁਣ ਫਿਰ ਹੋਣਗੇ ਇੱਧਰ ਨੂੰ ਲੈ ਕੇ ਫਾਂਟ, ਆਪਦੀ ਆਪਦੀ ਫਾਂਟ ਰੱਖ ਰਿਹਾ ਅਤੇ ਲੈ ਕੇ ਆ ਜਾਂਦੇ, ਲਾ ਦਿੰਦੇ ਆ ਸਿਰੇ। ਲਓ ਜੀ, ਤੁਹਾਨੂੰ ਮਿਲਾਉਣੇ ਅੰਕਲ ਜੀ ਦੇ ਨਾਲ। ਹੋਰ ਅੰਕਲ ਜੀ, ਕੀ ਹਾਲ ਆ? ਠੀਕ ਆ, ਠੀਕ ਆ, ਵਧੀਆ ਜੀ। ਹੋਰ ਕਿਵੇਂ ਚੱਲਦੀ ਆ ਮਸ਼ੀਨ? ਬਹੁਤ ਵਧੀਆ, ਇੱਕ ਨੰਬਰ। ਵਧੀਆ, ਦਾਣੇ ਦੂਣੇ ਤਾਂ ਨਹੀਂ ਛੱਡਦੀ? ਨਹੀਂ, ਠੀਕ ਆ, ਬਿਲਕੁਲ ਸਾਫ਼ ਸੁਥਰਾ। ਕਿਹੜਾ ਬੀ ਕਿਹੜਾ ਆਪਣਾ? ਇੱਕ ਸੌ ਦਸ ਆ। ਇੱਕ ਸੌ ਦਸ, ਠੀਕ ਹੈ। ਕਿੰਨੀ ਜਗ੍ਹਾ ਹੋਵੇ ਆਪਣੀ ਅੱਜ, ਅੱਜ ਵਾਲੀ ਅਤੇ ਕੱਲ੍ਹ ਵਾਲੀ? ਇਹ ਆਪਣੇ ਹੋ ਹੀ ਜਾਣੇ ਆ ਦਸ ਕੁ ਫਿਰ। ਦਸ, ਚਲੋ। ਅਤੇ ਉਹ ਵੱਢਣੀ ਅੱਜ? ਬਾਕੀ ਮੌਸਮ ਨੇ ਫਰਕ ਪਾਤਾ ਥੋੜਾ ਜਿਹਾ, ਪਹਿਲਾਂ ਨਾਲੋਂ ਛਾਣਿਆ ਦਾ ਬਹੁਤ ਫਰਕ ਆ। ਹਾਂਜੀ ਹਾਂਜੀ, ਬਾਕੀ ਡਰਾਈਵਰ ਤੇ ਵੀ ਡਿਪੈਂਡ ਆ। ਡਰਾਈਵਰ ਇਹ ਤਾਂ ਹੈ ਹੀ, ਇਹ ਤਾਂ ਹੈ ਹੀ, ਸਾਰਾ ਕੁਛ ਤਾਂ ਡਰਾਈਵਰ ਤੇ ਫੋਰਮੈਨ ਤੇ ਡਿਪੈਂਡ ਆ। ਹਾਂਜੀ, ਜੇ ਡਰਾਈਵਰ ਫੋਰਮੈਨ ਵੀ ਕਮੀ ਦਿਖਾਉਂਦਾ ਨਾ ਤਾਂ ਵੀ ਨਹੀਂ ਕੰਮ ਚੱਲਦਾ, ਤਾਂ ਵੀ ਮਸ਼ੀਨ ਤਾਂ ਉਹਨਾਂ ਦੇ ਹੱਥ 'ਚ ਹੀ ਹੈ। ਬਿਲਕੁਲ, ਹਾਂਜੀ ਹਾਂਜੀ। ਲੈ ਗਿਆ ਸੋਨਾ, ਦੇਗਾ ਸੱਟ ਛੱਡ ਕੇ ਟਰਾਲੇ ਨੂੰ। ਨਿਬੜ ਗਿਆ ਹੈ ਇੱਥੇ, ਨਿਬੜੇਗਾ ਹੁਣ ਉੱਧਰ ਚੱਲਦੇ ਹਾਂ ਦੂਜੀ ਸਾਈਡ, ਉੱਥੇ ਜਾ ਕੇ ਫੜਦੇ ਹਾਂ ਹੋ ਰਿਹਾ ਅਤੇ ਚੱਲ ਕੇ ਖਾਲੀ ਕਰ। ਰਾਤ ਵਾਲੀ ਜਗ੍ਹਾ ਆ ਗਏ ਜਿੱਥੇ ਨਾ ਰਾਤ ਛੱਡ ਕੇ ਚਲੇ ਗਏ, ਤੇ ਉਸ ਪੈ ਗਈ ਰਾਤ ਦੇ ਖੇਤ ਚ ਮਨੀ ਬਾਈ ਲੱਗਾ ਚਲਾਉਣ,
मैं चाह पीन लग्या था। बाकी मैं अंकल ना गल करते हैं भी किदा की मशीन है ना पढ़ाई किदा का नुकसान तो नहीं करती कोई। बाकी भाई दूजे गेयर चलती आ वधिया चलती है ना कितने कितने तो हाई ले भी लेंदी अद्धा जिम्मे मान लो पत्ता नहीं है जिम्मे आना जीरी च पत्ता बहुत घट्टा है ना दाना ही दाना पे ये करके कई भी ले भी लेंदी आ। बाकी दी सैटिंग आपां अपने हिसाब का करके लियाए हैं थ्रेसर दी ये करके लियांदी है जिम्मे अपने मूहरे ते आपां कर ली सतारा दी सिर पिछे चूड़ी भी अज बदल के लियाए हैं कंपनी वाले जिहड़ी सैटिंग जिहदा बहुत मूँह खुला रहा थ्रेसर दा मूहरे ते अज तां जमा ही बाबे जी की कृपा करके लोके चलदा काम। बाकी अंकल नूं पुछदे आ भी की झाड़ झूड़ आ 585 मैं कहना भाई कल देगा भर भर ट्राले ये दो ढाई किलो का माल देगा भर के ट्राला कढ़िया अंकल ने धूड़ा कड़ती ट्राली नाल। बाकी आटो कलिंदर अपना यार फुल होया पे अज कर थोड़ी ज्यादा उड़ती यार धुप्पा लग गई भाई हम नरमाई की जी चलेगी। बाकी अपनी दूजी मशीन भी अज अपनी बढ़ती है वह चलती है वह खड़ा जाऊंडी यार इधर मशीन अपनी वह चलती है पिछे उधर भी मार के आना गेड़ा गेरा उधर भी देख आना इधर है अजे दो तीन गेड़े ड्राइवर भाई बहुत मौज आ चलाने वाले बंदे तो इन्नी मौज आ इधर ऐसा तो पता ही नहीं लगता है मशीन चला जा क्या करता बंदा चलो हम दूजी को जाके आने मार के आना को भी गेड़ा लो जी मिला इंद्रवीर जी इंद्रवीर जी लगे हुए बढ़न कर लैण सीधी बोर्ड के भाई सवेर से बैठे हैं सीट पर ही हूँ उधर है मैं चलो थोड़ा आराम करते हैं हम ठंडा जाओगे हम तो बस शाम तो तुम पता ही है पंजाब के पहले हाई दे लो च मशीन आ जाए चलन लग जाए लो दे बाकी वधिया चलती है राणी। बाकी भाई ना 110 सुप्रीम बीज है 110 सुप्रीम पता नहीं की कहने इनू ये बीज है ना जिहड़ा ये जिवें अपने जिहड़े बाकी तुसीं कमेंटां च भी दस्सिओ जिहड़े मान लो चलो आप होर मैं कमैनल सारे कमैनल की गल करदा भी आप किने बाई ने बढ़े है भी दस्यो ये मशीन किवें वधिया चलती है जी साडे अजे पता नहीं की चक्कर आ कि आलना जहा बना
ਆਲਣੇ ਇਹਦੇ ਵਿੱਚ ਥੋੜੇ ਜਿਹੇ ਹੁੰਦੇ ਆ ਪੰਜ ਸੱਤ ਦਾਣੇ ਚੰਗੇ ਜਿਹੇ ਲੱਗਦੇ ਉਹ ਵੀ ਬਾਕੀ ਦੇਖਦੇ ਹਾਂ ਕੱਬੀ ਛੁੱਬੀ ਓਕੇ ਚੱਲਦੀ ਹੈ ਨਾ ਕੱਬੀ 'ਚ ਕੋਈ ਕੰਪਲੇਂਟ ਨਹੀਂ ਹੈਗੀ ਬਹੁਤ ਵਧੀਆ ਬਾਕੀ ਔਗਰ ਦੇ ਬਾਈ ਬੜੇ ਨਜ਼ਾਰੇ ਆ ਮੈਂ ਕਹਿੰਦਾ ਸਵਾਦ ਲਿਆ ਤਾ ਪੈਸੇ ਤਾਂ ਭਾਵੇਂ ਲੱਗੇ ਮੈਂ ਜ਼ਰੂਰ ਪਰ ਜੇ ਮਾਲਕ ਨੇ ਜਿਹਨੇ ਆਪ ਚਲਾਉਣੀ ਆ ਨਾ ਮਸ਼ੀਨ ਮੈਂ ਤਾਂ ਬਾਈ ਇਹੀ ਰਾਏ ਦਊਂਗਾ ਚੁੱਪ ਕਰਕੇ ਏ ਸੀ ਕੈਬਨ ਲੈ ਲਓ ਆਟੋਮੈਟਿਕ ਔਗਰ ਲੈ ਲਓ ਨਾ ਔਗਰ ਲਾਉਣ ਨੂੰ ਬਾਹਰ ਨਿਕਲਣਾ ਨਾ ਕੁਛ ਹੁਣ ਜਿਵੇਂ ਅੱਜ ਕੱਲ੍ਹ ਦੇ ਵਿੱਚ ਸਟਾਫ ਦੀ ਦਿੱਕਤ ਆਉਂਦੀ ਹੈ ਨਾ ਵੀ ਸਟਾਫ ਭੱਜ ਜਾਂਦੇ ਆ ਕਿਸੇ ਨੂੰ ਮਿਲਦੇ ਹੀ ਨਹੀਂ ਬਾਕੀ ਐਂ ਵੀ ਤਾੜੀ ਕਈ ਮੈਨੂੰ ਬਾਈ ਮੈਂ ਆਪਾਂ ਜਾਂ ਕਾਲੇ ਦੇ ਬੰਦੇ ਭੱਜੇ ਸੀ ਨਾ ਵੀਡੀਓ ਪਾਈ ਦੀ ਤਾਂ ਕਈ ਵੀ ਇਹਨੂੰ ਵੀ ਡਰਾਈਵਰ ਵੀਰਾਂ ਦੇ ਫੋਨ ਵੀ ਆਏ ਫੋਰਮੈਨਾਂ ਦੇ ਵੀ ਹੈ ਨਾ ਕਹਿੰਦੇ ਬਾਈ ਯਾਰ ਤਾੜੀ ਕੱਥ ਗੱਲ ਤਾਂ ਵੱਜਦੀ ਨਹੀਂ ਹੁੰਦੀ ਹੈ ਨਾ ਚਲੋ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਉਹਦੇ ਕਰਕੇ ਕਰੀ ਆ ਮੈਨੂੰ ਵੀਰਾਂ ਨੇ ਗੁੱਸਾ ਕਰਿਆ ਮੇਰੀ ਹੈ ਨਾ ਸੱਚੇ ਜਿਹੜੇ ਮੇਰੇ ਹੁਣ ਵੀਰੇ ਅਸੀਂ ਹਾਂ ਜਿੱਥੇ ਸਹੀ ਕਰ ਲਈ ਤਾਂ ਕਰ ਲਈ ਭਾਵੇਂ ਘੱਟ ਆ ਭਾਵੇਂ ਵੱਧ ਆ ਕਦੇ ਪਿੱਛੇ ਦੇਖੀ ਦੇ ਨਹੀਂ ਮੈਂ ਮੁੜ ਕੇ ਹੈ ਨਾ ਉਹ ਬਾਈਆਂ ਨੇ ਯਾਰ ਗੁੱਸਾ ਕਰਿਆ ਕਹਿੰਦੇ ਬਾਈ ਆ ਤੂੰ ਡਰਾਈਵਰਾਂ ਦੇ ਵੀਡੀਓ ਪਾਈ ਜਾਂਦਾ ਮਾਲਕਾਂ ਦਾ ਵੀ ਪਾ ਹੁਣ ਇੱਕ ਬਾਈ ਦਾ ਮੈਨੂੰ ਫੋਨ ਆਇਆ ਕਈ ਦਿਨ ਹੋ ਗਏ ਕਹਿੰਦਾ ਯਾਰ ਬਾਈ ਸੀਜ਼ਨ ਲਾਇਆ 30-25 ਪਤਾ ਨਹੀਂ 20,000 ਰੁਪਇਆ ਰਹਿੰਦਾ ਕਹਿੰਦਾ ਕਣਕ ਦੇ ਪੈਸੇ ਆ ਕਹਿੰਦਾ 10,000 ਤੂੰ ਉਹ ਡਰਾਈਵਰਾਂ ਦੀਆਂ ਪਾਈ ਜਾਂਦਾ ਮੈਂ ਕਿਹਾ ਯਾਰ ਬਾਈ ਆਪਾਂ ਦੇਖ ਸਾਡੇ ਨਾਲ ਹੱਡ ਬੀਤੀ ਆ ਨਾ ਅਸੀਂ ਪਾਤੀ ਤੇਰੇ ਹੱਡ ਬੀਤੀ ਆ ਸਾਡੇ ਕੋਲ ਮੂਹਰੇ ਆ ਜਾ ਸਾਡੇ ਕੋਲ ਆ ਜਾ ਅਸੀਂ ਤੇਰੀ ਪਾ ਦਿੰਦੇ ਹਾਂ ਹੈ ਨਾ ਬਾਈ ਤੂੰ ਆਪਣੇ ਜਿਹੜੇ ਚੌਲ ਆਉਣਾ ਤੂੰ ਲਾ ਲਾ ਵੀਰੇ ਆਪਾਂ ਤੇਰੇ ਕਿਹੜਾ ਕੋਈ ਗਿਲਾ ਕਹਿੰਦਾ ਯਾਰ ਬਾਈ ਤੇਰੀ ਗੱਲ ਠੀਕ ਆ ਮੈਂ ਕਿਹਾ ਵੀਰੇ ਆਪਾਂ ਨੂੰ ਕਿਸੇ ਦਾ ਕੋਈ ਉਹ ਨਹੀਂ ਹੈਗਾ ਨਾ ਬਾਕੀ ਮਾਲਕ ਵੀ ਬਾਈ ਵਿੱਚ ਹੈਗੇ ਆ ਨਾ ਜਿਹੜੇ ਸੀਜ਼ਨ ਲਵਾਏ ਤੋਂ ਬਾਅਦ ਪੈਸੇ ਦਿੰਦੇ ਨਹੀਂ ਜਾਂ ਬੰਦੇ ਨੂੰ ਭਜਾ ਦਿੰਦੇ ਆ ਗਾਲਾਂ ਕੱਢਣ ਲੱਗ ਜਾਂਦੇ ਆ ਬਾਕੀ ਐਂ ਵੀ ਪੰਜੇ ਉਂਗਲਾਂ ਦਾ ਇੱਕ ਸਾਰ ਹੁੰਦੀਆਂ ਨਹੀਂ ਬਾਈ ਹੈ ਨਾ ਸਟਾਫਾਂ ਦੇ ਵਿੱਚ ਆ ਨਾ ਮਾਲਕਾਂ ਦੇ ਵਿੱਚ ਆ ਹੁਣ ਵੇਖ ਲਓ ਸਾਡੇ ਮਾਲਕ ਆ ਜਿੱਦਣ ਮੈਂ ਕਹਿੰਦਾ ਤੁਸੀਂ ਦੇਖਦੇ ਹੈ ਵੀਡੀਓ ਜਿੱਦਣ ਕੰਮ ਸਟਾਰਟ ਕਰੀਦਾ ਉੱਦਣ ਵੀ ਨਹੀਂ ਕੋਈ ਆਉਂਦਾ ਮੱਥਾ ਵੀ ਆਪੇ ਟੇਕੀਦਾ ਐਂਡ ਵੀ ਆਪੇ ਕਰੀਦਾ ਕਦੇ ਵਿਚਾਰੇ ਆ ਕੇ ਨਹੀਂ ਉਹ ਕਰਿਆ ਹੁਣ ਦੂਜੀ ਮਸ਼ੀਨ ਚੱਲਦੀ ਆ ਉੱਧਰ ਵੀ ਨਹੀਂ ਜਾਂਦੇ ਕਿਉਂਕਿ ਮੈਨੂੰ ਮਾੜਾ ਮੋਟਾ ਗੇੜਾ ਮਾਰ ਕੇ ਆਉਣਾ ਪੈਂਦਾ ਇਹਦੇ ਕੋਲ ਤਾਂ ਆਇਓ ਹੈ ਨਹੀਂ ਦੋ ਦਿਨ ਹੋ ਗਏ ਵੀ ਪਤਾ ਵੀ ਹੈਗਾ ਕਹਿੰਦਾ ਬਾਈ ਜੇ ਵੀ ਚੰਗੇ ਮਾੜੇ ਦੀ ਗੱਲ ਵੀ ਬੰਦੇ ਮਾਲਕਾਂ 'ਤੇ ਵੀ ਆ ਜਾਂਦੀ ਆ ਹੁਣ ਤੁਹਾਡੇ ਸਾਹਮਣੇ 19 ਕਰੀਏ 21 ਕਰੀਏ ਕੋਈ ਸਾਨੂੰ ਆਏ ਨਹੀਂ ਵਿਚਾਰੇ ਸਵੇਰ ਦੇ ਬਾਕੀ ਇਹ ਤਾਂ 110 ਬੀਜ ਦੇ ਵਿੱਚ ਚੱਲਦੇ ਹਾਂ ਸਵੇਰ ਦੇ ਅੱਜ ਪਾਲੇ ਦੇ ਮਿਸਤਰੀ ਦੇ ਚਾਚੇ ਦੇ ਲੱਗੇ ਹੋਏ ਵੱਢਣ ਵਧੀਆ ਝਾੜ ਵਧੀਆ ਬਾਈ ਪਾਲਾ ਵਾ ਨੇੜੇ ਹੀ ਲੱਗਣ ਵਾਲਾ ਲਾਗੀ ਟੀਸੀ ਜੀ ਬਾਕੀ ਚਾਚੇ ਨੂੰ ਪੁੱਛਦਾ ਕਿ ਕਿਲੇ ਆ ਲਓ ਜੀ ਕਾਲੇ ਮਿਸਤਰੀ ਦੇ ਚਾਚੇ ਦਾ ਲੱਗ ਗਿਆ ਬਸ ਨੇੜੇ ਇੱਕ ਖੱਤੀ ਰਹਿ ਗਈ ਚਾਚਾ ਕਿੱਦਾਂ ਫਿਰ ਠੀਕ ਹੈ ਜੀ ਠੀਕ ਹੈ ਵਧੀਆ ਝਾੜ ਤੇਰਾ ਵਧੀਆ ਹੈ ਨਾ ਕਿਆ ਫੁੱਟਾ ਟਰਾਲਾ ਏ 13 ਥੋੜੀ ਜ਼ਿਆਦਾ 14 ਹੋਊਗਾ 14 ਫੁੱਟ ਟਰਾਲੇ ਟੀਸੀ ਲੱਗੀ ਬਾਈ 2 ਕਿੱਲੇ ਦੱਸਦਾ 2 ਕਿੱਲੇ ਇੱਕ ਕਨਾਲ ਕਿੱਲਾ ਆ ਦੱਸਦਾ ਉਹ ਉੱਪਰਾਂ ਤੋਂ 4 ਕਨਾਲ ਬਾਕੀ ਗਾਂ ਕਰਲਾ ਬਾਕੀ ਆਟੋਮੈਟਿਕ ਔਗਰ ਦਾ ਨਜ਼ਾਰਾ ਲਿਆ ਤਾ ਦੇਖ ਲਓ ਮਦਾਣੇ ਪੂਰੇ ਛੱਡਦਾ ਦੂਏ ਮੰਗਣਾ ਹਾਂ ਚਾਚਾ ਮਸ਼ੀਨ ਵਧੀਆ ਕੱਢਦੀ ਆ ਮਾਲ ਮਸ਼ੀਨ ਤਾਂ ਠੀਕ ਆ ਬਹਿ ਕੇ ਦੱਸ ਬਹਿ ਕੇ ਮਾੜਾ ਜਾ ਬਹਿ ਕੇ ਸ਼ਾਂਤੀ ਆ ਦੱਸ ਵਧੀਆ ਕੱਢਦੀ ਆ ਮਾਲ ਹਾਂ ਠੀਕ ਆ ਵਧੀਆ ਸ਼ਾਂਤ ਨਹੀਂ ਕਰਦੀ ਹਾਂ ਨਹੀਂ ਠੀਕ ਆ ਹੈ ਠੀਕ ਆ ਠੀਕ ਆ ਆ ਗਈ ਤੇਰੇ ਫਿੱਟ ਠੀਕ ਆ ਠੀਕ ਆ ਬਾਈਕ ਕੱਤੀ ਹੀ ਰਹਿ ਗਈ ਆਪਣੀ ਉਹ ਬਸ ਉਹ ਹੀ ਰਹਿ ਗਈ ਝਾੜ ਦੇ ਨਾ ਆਊਗਾ ਬਾਈ 35 ਆਊ ਬਾਰ ਨਿਕਲ ਦਾਣਾ ਹੀ ਆ ਬਾਈ ਸਾਰਾ ਹਾਂ ਨਹੀਂ ਨਿਕਲੇ ਆਉਣਾ ਟਰਾਲਾ ਦੱਸਦਾ ਪਾਲਟੀ ਕਰਨੀ ਪੈਣੀ ਆ ਫਿਰ ਜੇ 35 ਦਾ ਆ ਗਿਆ ਲੱਡੂ ਵਾਲੇ ਹੀ ਆਪਾਂ ਮੈਂ 15 ਜਿਹਾ ਕਰ ਲਾ ਗੱਬੇ ਟੋਆ ਜਿਹਾ ਪਾਰਾ ਲਾ ਕੇ ਆ ਟੀਸੀਆਂ ਬਾਈ 110 ਬੀਜ ਦੇ ਨਾਲ ਲਾ ਤੇ ਕਰਦੇ ਨੇ ਚਾਚੇ ਦੇ ਘਾਟੇ ਵਾਧੇ ਪੂਰੇ ਉਹ ਖੱਤੀ ਜੀ ਵੱਢਣੇ ਛੋਟੀ ਜੀ ਹਾਂ ਠੀਕ ਆ ਤੁਸੀਂ ਏਸੀ ਚ ਬੈਠਾ ਨਾ ਕਿਤੇ ਹੋਰ ਨਹੀਂ ਲਾ ਦੇਵੇ ਮੈਂ ਦੱਸਤਾ ਨਾ ਨਾ ਜਿੱਦਣ ਤੇਰੇ ਵੱਢਣ ਆਊਗਾ ਤੂੰ ਮੈਨੂੰ ਪਰਚੀ ਲਿਆ ਕੇ ਦਿਖਾ ਦੀ ਬਸ ਪਰਚੀ ਦਿਖਾ ਦੀ ਬਸ ਆਪਾਂ ਪਰਚੀ ਜੀ ਦੇਖ ਲਾਂਗੇ ਠੀਕ ਨੀ ਗੱਲ ਚਾਚਾ 26 ਲਾਈ ਸਾਰਾ 110 ਲਾਇਆ ਕਰਤਾ ਘੇਰਾ ਬੜਾ ਜਿਹੜੇ ਟਰੈਕਟਰ ਬੜੇ ਲਏ ਲੈ ਲਿਆ ਫਾਇਦਾ
ਵਧੀਆ ਸੌਖਾ ਰਹਿੰਦਾ ਮਸ਼ੀਨ ਵਾਲੇ ਨੂੰ ਸੌਖਾ ਰਹਿੰਦਾ ਯਾਰ ਸੌਖਾ ਨਾਲੇ ਆ ਹੁਣ ਜਿੱਦਾਂ ਗਿੱਲਾ ਸਾਮ ਹਾਂ ਉਹੀ ਤਾਂ ਗੱਲ ਆ ਸੌਖਾ ਰਹਿੰਦਾ ਮਸ਼ੀਨ ਵਾਲੇ ਨੂੰ ਸੌਖਾ ਟਰੈਕਟਰ ਟੂਟਰ ਨੂੰ ਵੀ ਸੌਖਾ ਰਹਿੰਦਾ ਹਨਾ ਸਾਰੇ ਸੌਖਾ ਹਾਂ ਚਾਰੋਂ ਖੱਤੀ ਜੀ ਰਹਿ ਗਈ ਇੱਕ ਝਾੜਦਾ ਜਾ ਚਾ ਲਿਖ ਲਾ ਤੂੰ 35 ਤੇ ਜਾਊ ਪਾਰ ਚਲੋ ਜੇ 35 ਹੋ ਗਈ ਤੈਨੂੰ ਪਾਰਟੀ ਕਰ ਦੂੰ ਮੈਂ 2 ਕਿੱਲੇ ਇੱਕ ਕਨਾਲਾਂ ਚ ਬਾਈ 14 ਫੁੱਟਾ ਟਰਾਲਾ ਫੁੱਲ ਹੋ ਗਿਆ ਬਾਕੀ ਤੁਸੀਂ ਕਮੈਂਟਾਂ ਚ ਦੱਸਿਓ ਵੀ ਕਿੰਨਾ ਝਾੜ ਹੋਊਗਾ ਆਹ ਦਾਣਾ ਸਾਰਾ ਠੋਸ ਆ ਪਟਾਸ ਸਾਰੀ ਮਸ਼ੀਨ ਆਪਣੀ ਬਾਹਰ ਛੱਡਦੀ ਆ ਜਿਹੜਾ ਬਿਮਾਰੀ ਵਾਲਾ ਦਾਣਾ ਉਹ ਵੀ ਬਾਹਰ ਛੱਡ ਦਿੰਦੀ ਆ ਵੀ ਪੱਖੇ ਦੀ ਆਵਾ ਫੁੱਲ ਛੱਡੀ ਵੀ ਆਪਾਂ ਨੇ ਬਾਕੀ ਦੇਖੋ ਕੰਡਾ ਦੱਸੂ 38 ਦਾ ਜਾ ਕੇ ਹੈ ਨਾ ਚਾਚਾ ਹਾਂ ਕੰਡਾ ਦੱਸੂਗਾ ਹੈ ਕੰਡਾ ਦੱਸੂ ਹਾਂ ਕੰਡਾ ਦੱਸੂ ਕੀ ਕਰਦਾ ਕਿਉਂਕਿ ਆਪਾਂ ਐਵੇਂ ਇੱਥੇ ਮਾਰੀ ਜਾਈਏ ਕਿ ਨਹੀਂ ਹਾਂ ਨਹੀਂ ਇਹ ਹੈਗਾ ਝਾੜ ਵੀ ਦੱਸਦਾ ਮਾਰਨੇ ਦੀ ਕੀ ਗੱਲ ਆ ਦੱਸਦਾ ਦਾਣਾ ਸਾਰੇ ਠੋਸ ਆ ਬਾਈ ਮੈਂ ਤਾਂ ਕਹਿੰਦਾ 40 ਦਾ ਆਵੇ ਆਹੋ ਹੈ ਚਾਚਾ ਹੋਰ ਅਸੀਂ ਤਾਂ ਕਹਿੰਦੇ ਬਸ ਵਧੀਆ ਬਾਈ ਕਿਸਾਨ ਵੀਰਾਂ ਨੇ ਮਿਹਨਤ ਕਰੀ ਵੀ ਆ ਨਾ ਜ਼ਿਮੀਦਾਰਾਂ ਨੇ ਇਹ ਫਸਲ ਪਰੇ ਮੈਦਾ ਹੁੰਦੀ ਹੈ ਕਿ ਨਹੀਂ ਕਿਸੇ ਨੇ ਨਿਆਣਾ ਬਾਹਰ ਭੇਜਣਾ ਕਿਸੇ ਨੇ ਮੋਟਰ ਗੱਡੀ ਲੈਣੀ ਆ ਕਿਸੇ ਨੇ ਟਰੈਕਟਰ ਲੈਣਾ ਕਿਸੇ ਨੇ ਟਰਾਲਾ ਬਣਾਉਣਾ ਹੈ ਹਾਂ ਕਈ ਹੁਣ ਕਿਸੇ ਮੇਰੇ ਵੀਰ ਨੇ ਵਿਆਜ ਦੇਣਾ ਕਿਸੇ 38 ਦਾ ਲਏ ਹੋਏ ਐਡਵਾਂਸ ਹੈ ਨਾ ਬਹੁਤ ਚੱਲ ਇੱਧਰ ਫੇਰ ਵੀ ਚਾਚਾ ਉੱਧਰ ਉੱਧਰ ਦਾ ਬਹੁਤ ਬੁਰਾ ਹਾਲ ਆਇਆ ਜਿੱਧਰ ਪਾਣੀ ਆਇਆ ਤਾ ਨਾ ਦਰਿਆ ਟੁੱਟਿਆ ਦਾ ਉੱਧਰ ਕਿਆ ਬਣਿਆ ਫੇਰ ਉੱਧਰ ਲੱਗਿਆ ਝੋਨਾ ਕਿ ਨਹੀਂ ਉੱਧਰ ਲੱਗਿਆ ਲੈਣ ਲੱਗਿਆ ਵੀ ਕਾਹਦੇ ਲੱਗਿਆ ਅੱਛਾ ਚੱਲ ਉਹਨਾਂ ਦਾ ਵੀ ਰੱਬੇ ਆ ਦੇਖ ਲਾ ਉਹਨਾਂ ਦਾ ਵੀ ਰੱਬ ਹੀ ਆ ਹਾਂ ਕਾਹਦੇ ਲੱਗੇ ਹੋਣਗੇ ਲਾਏ ਹੋਣਗੇ ਦੁੱਗਣੇ ਖਰਚੇ ਆ ਗਏ ਹੋਣਗੇ ਇਹ ਤਾਂ ਹੈ ਬਾਕੀ ਹਨੇਰਾ ਹੋ ਗਿਆ ਬਸ ਚਾਚੇ ਦਾ ਹੀ ਵੱਢ ਆਉਣਾ ਹੋਰ ਤਾਂ ਇੱਥੇ ਤਰੇਲ ਚਾਚਾ ਛੇਤੀ ਪੈ ਜਾਂਦੀ ਦਰਿਆ ਕਰਕੇ ਨਾ ਸਾਹਮਣੇ ਸਤਲੁਜ ਦਰਿਆ ਏ ਆ ਸਾਹਮਣੇ ਹਨਾ ਬਸ ਆਹੀ ਆਗੇ ਚੱਲ ਦੇਖਦੇ ਮੈਂ ਤੇਰੀ ਪਰਚੀ ਦਿਖਾਈ ਫਿਰ ਮੈਨੂੰ ਅਗਲੀ ਵਾਰ ਠੀਕ ਆ ਠੀਕ ਆ ਜੀ ਇੱਥੇ ਨੇ ਕਰ ਲਿਆ ਟਰੈਕਟਰ ਸਟਾਰਟ ਦੇਖਦੇ ਆ ਵੀ ਹੁਣ ਚਾਚੇ ਵਾਲਾ 60 ਪੱਟਦਾ ਹੈਗਾ ਨਹੀਂ ਪੱਟਦਾ ਖੇਤ ਹੈਗਾ ਗਿੱਲੇ ਜੀ ਬਾਈ ਲੈ ਗਿਆ ਪੱਟੀ ਲਾ ਕੇ ਲੈ ਗਿਆ ਲੱਭ ਕੇ ਪਰ ਟੈਂਕ ਵੀ ਇੱਕੋ ਆਉਣਾ ਹੁਣ ਨੇੜੇ ਜੇ ਲੱਗਿਆ ਹੋਰ ਛੋਟੂ ਤੂੰ ਰਾਤ ਨੂੰ ਪੁੱਤ ਕਿਆ ਕਰਦਾ ਹੈ ਝੋਨਾ ਚੁੱਕਦਾ ਓਹੋ ਹੋ ਗਿਆ ਕੰਮ ਹੋ ਗਿਆ ਕਿੱਲੇ ਚ ਹੋ ਗਿਆ ਹੋ ਗਿਆ ਹੋ ਗਿਆ ਚਾਚੇ ਦਾ ਟਰਾਲਾ ਦਾ ਗਿਆ ਫਾਸ ਟਰੈਕਟਰ ਬਹਿ ਗਿਆ ਗਿੱਲਾ ਦਾ ਖੇਤ ਖੇਤ ਵੱਢੇ ਗਏ ਬਸ ਹੁਣ ਲਾਸਟ ਟੈਂਕ ਦਾ 2.5 ਕੀ ਆ ਆਪਣੇ 2 ਕਿੱਲੇ ਇੱਕ ਕਨਾਲਾ ਚੋਂ ਟਰਾਲਾ ਫੁੱਲ ਟਰੈਕਟਰ ਦਾ ਬਾਈ ਟਾਇਰ ਬਹਿ ਗਏ ਪਿਛਲੇ ਗਿੱਲਾ ਬਹੁਤ ਆ ਬਾਈ ਖੇਤ ਇਹ ਜ਼ਿਮੀਦਾਰ ਕਹਿੰਦਾ ਬਾਈ ਮਸ਼ੀਨ ਦਾਣਾ ਦਿਖਾਉਂਦੀ ਆ ਦਾਣ ਮਸ਼ੀਨ ਕੀ ਕਰੂਗੀ 100 ਚੱਕਰ ਤੋੜ ਕੇ ਚੱਲਦਾ ਇੰਜਣ ਚਲੋ ਚੱਲਦੇ ਹਾਂ ਫਿਰ ਹੁਣ ਅੱਡੇ 'ਚ ਜਾ ਕੇ ਮਿਲਦੇ ਹਾਂ ਮੈਂ ਤੁਹਾਨੂੰ ਆਓ ਜੀ ਬਾਈ ਮਸ਼ੀਨਾਂ ਦੀ ਸਾਫ਼ ਸਫਾਈ ਹੋਣ ਤੋਂ ਬਾਅਦ ਆ ਗਿਆ ਇੱਧਰ ਆਪਣਾ ਭਜਨ ਬਾਈ ਹੋਰ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਹੋਰ ਰਾਜੂ ਬਾਈ ਵਧੀਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂ ਕਿੱਦਾਂ ਰਿਹਾ ਤੁਹਾਡਾ ਅੱਜ ਬਹੁਤ ਵਧੀਆ ਬਾਈ ਬਹੁਤ ਵਧੀਆ ਹਾਂ ਗੱਡੀ ਓਕੇ ਚੱਲਦੀ ਆ ਇੱਕ ਨੰਬਰ ਬਾਈ ਹਾਂ ਬੰਦਾ ਤੰਗਦਾ ਨਹੀਂ ਕਰਦਾ ਤੈਨੂੰ ਇਹ ਹਾਂ ਬਾਈ ਨਜ਼ਾਰੇ ਆ ਪੂਰੇ ਇਹਨਾਂ ਹਾਂ ਤੂੰ ਬਹੁਤ ਯਾਦ ਕਰਦਾ ਰਾ ਬਾਈ ਭਜਨ ਬਾਈ ਨੂੰ ਬਹੁਤ ਯਾਦ ਕਰ ਨੇੜੇ ਨੂੰ ਹੋਇਆ ਥੋੜਾ ਬਹੁਤ ਯਾਦ ਕਰਦਾ ਜਿੰਨ ਭਜਨ ਬਾਈ ਆਇਆ ਨਹੀਂ ਤਾਂ ਕਹਿੰਦਾ ਯਾਰ ਭਜਨ ਬਾਈ ਨੂੰ ਮਿਲਣਾ ਕਿਤੇ ਮੈਂ ਕਿਹਾ ਲੈ ਤੈਨੂੰ ਮਲਾਏ ਦਿੰਦੇ ਆ ਹਾਂ ਭਜਨ ਬਹੁਤੇ ਨੇੜੇ ਵੀ ਨਹੀਂ ਕਰੀਦਾ ਬੰਦਾ ਜੱਫੀ ਪਾ ਲੈਣਾ ਹੁੰਦਾ ਯਾਦ ਕਰਦਾ ਹੁੰਦਾ ਠੀਕ ਨਹੀਂ ਦਿਲ ਲੱਗ ਗਿਆ ਭਜਨ ਬਾਈ ਨਾਲ ਹਾਂ ਲੈ ਦੋ ਦਿਨੇ ਹੋਏ ਹੀ ਹਲੇ ਦਿਲ ਲੱਗਿਆ ਕਿ ਨਹੀਂ ਆਇਆ ਪੁੱਛ ਲਓ ਜੇ ਦਿਲ ਦੇ ਰੌਣਕ ਹੀ ਬੰਦਾ ਹੈ ਨਹੀਂ ਆਪਾਂ ਮੇਰੀ ਗੱਲ ਸੁਣਨਾ ਅਸੀਂ ਇਹਨੂੰ ਕਾਇ ਥੋੜੀ ਰੱਖਦੇ ਵੀ ਕਾਇ ਤੇ ਚਲਵਾਉਣੀ ਹੈ ਇਹ ਤਾਂ ਕੰਮ ਕਰਾਉਣਾ ਹੈ ਅਜੇ ਕੋਈ ਸ਼ੌਂਕ ਨੂੰ ਰੱਖਦੇ ਚੱਲ ਛੋਕਰ ਮਿਲਦਾ ਵਧੀਆ ਇਹਦਾ ਵੀ ਟਾਈਮ ਪਾਸ ਹੋ ਜਾਂਦਾ ਨਾ ਦਿਲ ਦਾ ਰੱਖਦਾ ਬੰਦੇ ਦਾ ਇਹ ਪੂਰਾ ਹੈ ਦਿਲ ਦਾ ਹੀ ਰੱਖਦਾ ਬੰਦੇ ਦਾ ਇਹ ਦੇਖ ਲਾ ਲਾਂਬਾ ਤਾਂ ਨਹੀਂ ਕੋਈ ਨਾ ਨਾ ਦੱਸ ਦੇਈਂ ਕਿਤੇ ਉਹ ਤੈਨੂੰ ਦਬਕਾ ਕੇ ਨਾ ਰੱਖੇ ਨਾ ਨਾ ਹੈ
ਜਿਹੜੀ ਸਬਜ਼ੀ ਕਹਿੰਦੇ ਜਦੇ ਮਿਲਦੀ ਆਪਾਂ ਰੋਟੀ ਪਾਣੀ ਤਾਜ਼ੀ ਹੋਰ ਆਪਾਂ ਨੂੰ ਇਹਦੇ ਉੱਪਰ ਕਿਆ ਚਾਹੀਦਾ ਸਹੀ ਗੱਲ ਆ ਜੇ ਆਪਾਂ ਹੁਣ ਖਾ ਪੀ ਕੇ ਗਲਤ ਕਹੀਏ ਵੀ ਨਹੀਂ ਫਲਾਣੇ ਬੰਦੇ ਆਪਾਂ ਨੂੰ ਗਲਤ ਰੋਟੀ ਨਹੀਂ ਬਾਈ ਜੀ ਦਾ ਬਹੁਤ ਅਸੀਂ ਧੰਨਵਾਦ ਕਰਦੇ ਬਹੁਤ ਵਧੀਆ ਅਸੀਂ ਜਗ੍ਹਾ ਬੈਠੇ ਆ ਨਜ਼ਾਰਾ ਆਇਆ ਪਿਆ ਨਜ਼ਾਰਾ ਬਾਈ ਜੀ ਬਹੁਤ ਮੈਂ ਰਾਜੂ ਕੋਈ ਦਿੱਕਤ ਤਾਂ ਨਹੀਂ ਕਿਸੇ ਚੀਜ਼ ਦੀ ਕਈ ਮਾਲਕਾਂ ਕੀ ਨਹੀਂ ਦੇਖਦੇ ਨਾ ਬਹੁਤ ਬੰਦੇ ਗਲਤ ਕਹਿੰਦੇ ਵੀ ਹਾਂ ਰੋਟੀ ਨੀ ਮਿਲਦੀ ਸਾਨੂੰ ਚੀਜ਼ ਨੀ ਮਿਲਦੀ ਹੈ ਕਿ ਨਾ ਕੁਛ ਬੰਦੇ ਦਾ ਮਾਹੌਲ ਵੀ ਆਪਣੇ ਆਪ ਵੀ ਗਲਤ ਹੁੰਦੇ ਜੀ ਮਾਲਕਾਂ ਨੂੰ ਵੀ ਦੇਖਿਆ ਕਰੋ ਕਹਿੰਦਾ ਮੇਰਾ ਬਾਈ 25,000 ਰੁਪਇਆ ਰਹਿੰਦਾ ਮਾਲਕ ਨੀ ਕਹਿੰਦਾ ਦੱਸੋ ਯਾਰ ਮੈਂ ਕੀ ਗੋਲੀ ਮਾਰ ਦਵਾਂ ਮਾਲਕ ਗਲਤ ਨੀ ਹੁੰਦਾ ਜੀ ਬਾਈ ਆਪਾਂ ਨੀ ਪੰਜੇ ਉਂਗਲਾਂ ਵੀ ਕਿਸਾਨ ਨੀ ਹੈਗੀਆਂ ਮੇਰਾ 25,000 ਰੁਪਏ ਰਹਿੰਦਾ ਮਾਲਕ ਨੀ ਕਹਿੰਦਾ ਕਮਾਇਣ ਵਾਲਾ ਦਿੰਦਾ ਨੀ ਕਹਿੰਦਾ ਤੁਸੀਂ ਡਰਾਈਵਰਾਂ ਦੀ ਵੀਡੀਓ ਤੇ ਜਦੇ ਪਾ ਦਿੰਦੇ ਭੱਜ ਗਏ ਹਨਾ ਵੀ ਇਹ ਤੁਸੀਂ ਇਹ ਵੀ ਪਾਇਆ ਕਰੋ ਮੈਂ ਕਿਹਾ ਵੀਰੇ ਆ ਜਾ ਸਾਡੇ ਕੈਮਰੇ ਮੂਹਰੇ ਆ ਜਾ ਅਸੀਂ ਤੂੰ ਕਹਿ ਨਾਂ ਲੈ ਬੰਦੇ ਅਸੀਂ ਪਾਉਂਦੇ ਆ ਵੀਡੀਓ ਹਨਾ ਅਸੀਂ ਸੱਚੀ ਚੀਜ਼ ਦਿਖਾਉਣੀ ਅਸੀਂ ਕਿਹੜਾ ਝੂਠ ਦਿਖਾਉਂਦੇ ਆ ਕੋਈ ਡਰਾਈਵਰ ਨੀ ਨੀ ਮਾਲਕ ਵੀ ਗਲਤ ਆ ਵੀਰੇ ਵਿੱਚ ਇਹ ਪੰਜੇ ਉਂਗਲਾਂ ਭਜਨੇ ਇੱਕ ਸਾਰ ਨੀ ਹੈਗੀਆਂ ਇਹ ਬਾਕੀ ਤੇਰੇ ਮੈਂ ਤਾਂ ਆਪ ਹੋਈ ਵੀ ਆਪਾਂ ਦੇਖ ਕੇ ਕਿੱਥੇ MP UP ਕਿੱਥੇ ਤੱਕ ਆਪਾਂ ਜਾਇਆ ਆਪਣਾ ਰੁਪਈਆ ਨੀ ਕਦੇ ਮਰਿਆ ਨਹੀਂ ਕੋਈ ਬੰਦੇ ਆਪਾਂ ਨੂੰ ਗਲਤ ਮਿਲੇ ਨਾ ਕਦੇ ਵੀ ਨੀ ਕੋਈ ਗਰੀਬ ਬੰਦਾ ਕਦੇ ਪੈਸਾ ਆਪਣਾ ਕਦੇ ਪੈਸੇ ਆਪਣਾ ਕਦੇ ਪੈਸੇ ਨਹੀਂ ਰੱਖਿਆ ਗਿਆ ਗਰੀਬੀ ਮੇਰੀ ਆਪਣੇ ਘਰ ਦੇ ਵਿੱਚ ਹੁੰਦੇ ਆਪਾਂ ਨੂੰ ਗਰੀਬ ਬੰਦਾ ਜੋ ਵੀ ਬੰਦਾ ਮਿਲੇ ਆਪਾਂ ਨੂੰ ਕਿਸੇ ਵੀਰ ਦੇ ਡਰਾਈਵਰ ਫੋਰਮੈਨ ਜਾਂ ਘਰ ਤੇ ਆਉਂਦੇ ਆ ਤੜਕੇ ਉੱਠ ਕੇ ਆਉਂਦੇ ਆਪਾਂ ਥੋੜੀ ਮਸ਼ੀਨਾਂ ਕਰਨੀ ਭੱਜੇ ਆਉਂਦੇ ਆ ਤਾਂ ਮੇਰਾ ਵੀਰ ਕਮਾਇਣ ਵਾਲਿਆਂ ਨੂੰ ਇੱਕ ਬੇਨਤੀ ਆ ਵੀ ਸਾਜਰੇ ਇੱਕ ਵਾਰ ਰੋਟੀ ਖਿਲਾ ਦਿਆ ਕਰੋ ਬਾਅਦ ਚ ਭਾਵੇਂ ਦਿਨ ਚ ਮਿਲੇ ਭਾਵੇਂ ਨਾ ਮਿਲੇ ਰੋਟੀ ਸਵੇਰੇ ਖਾ ਕੇ ਨੀ ਆਇਆ ਘਰ ਤੇ ਮੈਂ ਕਾਲੀ ਕਾਲੀ ਚ ਭੱਜਿਆ ਆ ਕਹਿੰਦਾ ਆ ਕੇ ਕਮਾਇਣ ਵਾਲੇ ਮਾਲਕ ਨੇ ਵੀ ਨੀ ਖਿਲਾਈ ਚੱਲ ਮੈਨੂੰ ਐ ਤਾਂ ਖੇਤ ਵਾਲਾ ਦੇ ਦੂਗਾ ਕਹਿੰਦਾ ਖੇਤ ਵਾਲੇ ਨੂੰ ਦਿੱਤੀ ਉਹ ਵੀ ਚਾਹ ਚੂਹ ਜੀ ਅਗਲੇ ਸਾਰਤਾ ਕਹਿੰਦਾ ਮੈਂ ਸਵੇਰ ਦਾ ਰੋਟੀ ਚਾਹ ਭਰੇ ਆ ਬਿਸਕੁਟ ਵੀ ਸਰਦਾਰਾਂ ਨੂੰ ਆਉਂਦੇ ਹੁੰਦੇ ਜੀ ਮਾਲਕ ਨੀ ਦੇਖਿਆ ਸਾਨੂੰ ਰੋਟੀ ਪਾਣੀ ਕਿਤੇ ਮਿਲਦਾ ਆਪਾਂ ਤਾਂ MP UP ਜੂ ਰੋਬ ਕੇ ਖਾਂਦੇ ਆ ਜੇ ਲੇਟ ਫੇਟ ਕੋਈ ਜੋ ਮਰਜ਼ੀ ਲੇਟ ਫੇਟ ਸਭ ਕੁਛ ਆਪਣੇ ਘਰਾਂ ਚ ਵੀ ਰੋਟੀ ਲੇਟ ਹੋ ਜਾਂਦੀ ਜ਼ਰੂਰੀ ਤਾਂ ਨੀ ਹੈਗੀ ਆਪਾਂ ਬਾਹਰ ਦੇ ਵੀ ਟਾਈਮ ਟਾਈਮ ਰੋਟੀ ਖਾਣੀ ਆ ਆਪਾਂ ਬਾਹਰ ਕੰਮ ਕਰਨ ਆਏ ਹੋਏ ਆ ਕੰਮ ਕਰਦੇ ਵਿੱਚ ਬੰਦੇ ਨੂੰ ਮੰਨ ਲਓ ਵੀ ਜੇ 1 ਵਜੇ ਰੋਟੀ ਖਾਣੀ ਮੰਨ ਲਓ ਕਈ ਵਾਰ 12 ਵਜੇ ਖਾ ਲੈਂਦੇ ਕਈ ਵਾਰ 3 ਵਜੇ ਵੱਜ ਜਾਂਦੇ ਨੇ ਮਿਲ ਜਾਂਦੇ ਇੱਕੋ ਜ਼ਰੂਰੀ ਘਰ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਹੁੰਦਾ ਆਪਣੇ ਵੀ ਹੋ ਜਾਂਦਾ ਘਰਾਂ ਯਾਰ ਕੋਈ ਕੰਮ ਹੋ ਜਾਵੇ ਆਪਾਂ ਪਕਾਉਂਦੇ ਹੀ ਨਹੀਂ
ਚੱਲ ਹੁਣ ਦੋ ਘੰਟੇ ਦੇ ਵਿੱਚ ਮੰਨ ਲਓ ਵੀ ਲੇਟ ਵੇਟ ਹੋ ਜਾਂਦੇ ਆ ਹੋ ਗਿਆ ਗ੍ਰੀਸ ਪਾਣੀ ਮਸ਼ੀਨ ਨੂੰ ਹੁਣ ਹਾਂ ਮਸ਼ੀਨ ਰੋਟੀ ਪਾਣੀ ਦਾ ਹੁਣ ਲੇਟ ਵੇਟ ਹੁਣ ਆਪਣਾ ਵੀ ਲੇਟ ਆ 10 ਵੱਜ ਗਏ स्पेशल कोठी देती दिखावांगे कि जिथे सवेरे हुण सवेरे मेरा भी राजू 7 बजे उरे चाहीदे आ मशीनां दे कोल तैयार नहीं वीरे कटरां नूं ग्रीस रात नहीं मारिया तुसीं उह कटरां नूं ग्रीस मारना वीरे ਬਾਈ ਜੀ ਸਾਡੀ ਸਾਨੂੰ ਪਤਾ ਹੈ ਸਾਡੀ ਜ਼ਿੰਮੇਵਾਰੀ ਹੈ ਹਾਂ ਅਸੀਂ ਆਪੇ ਤੁਹਾਨੂੰ ਕਹਿਣ ਦੀ ਕੋਈ ਮਤਲਬ ਨਹੀਂ ਬਣਨਾ ਲੋੜ ਨਹੀਂ ਬਣਨੀ ਠੀਕ ਆ ਓਕੇ ਹੁਣ ਹਾਂ ਜੀ ਜ਼ਰੂਰ ਬਾਈ ਓਕੇ ਹੀ ਆ ਹੁਣ ਤਾਂ ਓਕੇ ਓਕੇ ਤਾਂ ਇਹਦੇ ਬਾਅਦ ਤਾਂ ਫਿਰ ਹੁਣ ਭਜਨ ਦਾ ਦਵਾਈ ਬੂਟੀ ਦੋ ਪੈਗ ਮਿਲਦੇ ਆ ਬਾਈ ਦੋ ਪੈਗ ਹੁਣ ਗਿਣ ਕੇ ਮਿਲਦੇ ਆ ਹੁਣ ਸੈੱਟ ਆ ਜਾਵੇਂ ਬਾਈ ਦਵਾਈ ਬੂਟੀ ਪਰੇ ਕੰਮ ਚੱਲਦਾ ਹੁਣ ਤਾਂ ਕਹਿਣ ਦਾ ਮਤਲਬ ਇਹਦਾ ਦਵਾਈ ਬੂਟੀ ਫਿਰ ਤੁਹਾਨੂੰ ਪਤਾ ਓਵਰ ਫਲੋਵਰ ਹੋ ਜਾਂਦੀ ਚੱਲ ਠੀਕ ਆ ਫਿਰ ਹੁਣ ਚੰਗਾ ਪੈ ਜਾ ਕੇ ਹੁਣ ਨਹਾ ਲਾ ਓਕੇ ਜੀ ਓਕੇ ਮਿਲਦੇ ਆ ਕਿਸੇ ਅਗਲੀ ਵੀਡੀਓ ਬਾਈ ਬਹੁਤ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਵੀਡੀਓ ਦੇਖਣ ਲਈ ਧੰਨਵਾਦ ਬਾਈ ਜੀ ਅਗਲੀ ਵੀਡੀਓ ਚ ਮਿਲਦੇ ਆ ਬਹੁਤ ਬਹੁਤ ਥੋੜਾ ਦੇਖਣ ਲਈ ਧੰਨਵਾਦ